ਪੰਜਾਬ ਦੇ ਅਤਿ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਵਿੱਚੋਂ ਚਾਰ ਨਾਮੀ ਗੈਂਗਸਟਰਾਂ ਅਤੇ ਦੋ ਅੱਤਵਾਦੀਆਂ ਨੂੰ ਸ਼ਰੇਆਮ ਜੇਲ੍ਹ ਵਿੱਚੋਂ ਫਰਾਰ ਕਰਾਉਣ ਵਾਲੇ ਮਨਜਿੰਦਰ ਸਿੰਘ ਨੂੰ ਬੀਤੇ 5 ਦਿਨਾਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ। ਮਨਜਿੰਦਰ ਨੇ ਨਾਭਾ ਜੇਲ੍ਹ ਬਰੇਕ ਵਿੱਚ ਕੈਦੀਆਂ ਵੱਲੋਂ ਵਰਤੀਆਂ ਗਈਆਂ ਪੁਲਿਸ ਦੀਆਂ ਵਰਦੀਆਂ ਅਤੇ ਪੱਗਾਂ ਦਾ ਪ੍ਰਬੰਧ ਕਰਨ ਦਾ ਅਹਿਮ ਰੋਲ ਅਦਾ ਕੀਤਾ ਸੀ। ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਵੱਲੋਂ 4 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ, ਜੋ ਕਿ ਵੀਰਵਾਰ ਨੂੰ ਖਤਮ ਹੋ ਰਿਹਾ। ਰਿਮਾਂਡ ਖਤਮ ਹੋਣ ਤੋਂ ਬਾਅਦ ਉਸਨੂੰ ਦੁਬਾਰਾ ਨਾਭਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਨਜਿੰਦਰ ਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਨਾਭਾ ਜੇਲ੍ਹ ਬ੍ਰੇਕ ਮਾਮਲੇ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਅਤੇ ਪੁਲਿਸ ਵੱਲੋਂ ਅਜੇ ਵੀ ਜੇਲ੍ਹ ਬ੍ਰੇਕ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦੌਰ ਲਗਾਤਾਰ ਚੱਲ ਰਿਹਾ ਹੈ। ਦੇਖੋ, ਜਿਹੜੀਆਂ ਪਹਿਲੀਆਂ ਇਹਨਾਂ ਨੇ ਚਲਾਨ ਪ੍ਰੈਜ਼ੈਂਟ ਕੀਤੇ ਨੇ, ਉਹਦੇ 'ਚ ਕੋਈ ਰੋਲ ਅਸਾਈਨ ਨਹੀਂ ਕੀਤਾ, ਕਿਤੇ ਇਹਦਾ ਨਾਂ ਨਹੀਂ ਆਉਂਦਾ, ਕਿਸੇ ਅਕਿਊਜ਼ ਨੇ ਇਹ ਨਹੀਂ ਦੱਸਿਆ ਕਿ ਇਹਦੀ ਕਿਸੇ ਤਰ੍ਹਾਂ ਦੀ ਵੀ ਕੋਈ ਇਨਵੋਲਵਮੈਂਟ ਹੈ। ਇਨਫੈਕਟ ਸੱਚਾਈ ਇਹ ਹੈ ਕਿ ਹਾਰਡ ਰਿਐਲਿਟੀ ਇਜ਼ ਕਿ ਇਹ ਪ੍ਰੇਮਾ ਲਾਹੌਰੀਆ ਦੀ ਜਿਹੜੀ ਜ਼ਮੀਨ ਹੈ ਉਹਨੂੰ ਕਾਸ਼ਤ ਕਰਦਾ ਹੈ, ਐਂਡ ਹੀ ਇਜ਼ ਬੀਂਗ ਪ੍ਰੈਸ਼ਰਾਈਜ਼ਡ ਕਿ ਜੀ ਸਾਨੂੰ ਦੱਸੋ ਕਦੋਂ ਆਉਂਦਾ, ਉਹਨੂੰ ਫੜਾ ਸਾਡੇ ਕੋਲ, ਨਹੀਂ ਅਸੀਂ ਤੇਰੇ 'ਤੇ ਝੂਠਾ ਕੇਸ। ਟੋਟਲ ਫਾਲਸ ਇੰਪਲੀਕੇਸ਼ਨ, ਐਂਡ ਇਨੋਸੈਂਟ ਪਰਸਨ ਹੈਜ਼ ਬਿਨ ਫਾਲਸਲੀ ਇੰਪਲੀਕੇਟਡ। ਦੈਟ ਇਜ਼ ਦੀ ਪਲਾਈਟ ਆਫ ਦ ਸਿਚੁਏਸ਼ਨ।